ਆਪਣੇ ਹੀ ਉਧਾਰ ਦਿੱਤੇ ਪੈਸੇ ਮੰਗਣ ਗਏ ਇੱਕ ਸ਼ਖਸ ਨੂੰ ਔਰਤ ਅਤੇ ਉਸਦੇ ਨੌਕਰ ਦੇ ਵੱਲੋਂ ਜ਼ਹਿਰ ਪਿਲਾ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਕਿਹਾ ਜਾ ਰਿਹਾ ਕਿ ਇੱਕ ਸ਼ਖਸ ਨੇ ਇੱਕ ਔਰਤ ਨੂੰ ਕੁਝ ਪੈਸੇ ਉਧਾਰ ਦਿੱਤੇ ਸੀ, ਪਰ ਜਿਵੇਂ ਹੀ ਉਸ ਸ਼ਖਸ ਦੀ ਤਬੀਅਤ ਖਰਾਬ ਹੋਈ ਤਾਂ ਉਹ ਔਰਤ ਦੇ ਕੋਲ ਗਿਆ ਅਤੇ ਉਸਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਦੁਖੀ ਹੋ ਕੇ ਔਰਤ ਨੇ ਉਸਨੂੰ ਮਾਰਨ ਦੀ ਸਾਜ਼ਿਸ਼ ਰਚ ਦਿੱਤੀ। ਕਿਹਾ ਜਾ ਰਿਹਾ ਕਿ ਜਦੋਂ ਦੁਬਾਰਾ ਉਹ ਪੈਸੇ ਮੰਗਣ ਗਿਆ ਤਾਂ ਪਹਿਲਾਂ ਉੱਥੇ ਬਹਿਸਬਾਜ਼ੀ ਹੁੰਦੀ ਹੈ। ਬਹਿਸਬਾਜ਼ੀ ਤੋਂ ਬਾਅਦ ਔਰਤ ਨੇ ਆਪਣੇ ਨੌਕਰ ਦੇ ਨਾਲ ਮਿਲ ਕੇ ਉਸ ਸ਼ਖਸ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ, ਜਿਸ ਤੋਂ ਬਾਅਦ ਜਦੋਂ ਉਹ ਘਰ ਆਇਆ ਤਾਂ ਉੱਥੇ ਉਸਦੀ ਤਬੀਅਤ ਖਰਾਬ ਹੋ ਗਈ। ਜਿਸ ਤੋਂ ਬਾਅਦ ਜਦੋਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤਾਂ ਉੱਥੇ ਜਾ ਕੇ ਉਸ ਵਿਅਕਤੀ ਦੀ ਮੌਤ ਹੋ ਗਈ। ਤਾਂ ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਕਿ ਪੈਸਿਆਂ ਦੇ ਖਾਤਰ ਇੱਕ ਔਰਤ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਉਸ ਔਰਤ ਦੇ ਵੱਲੋਂ ਉਸ ਵਿਅਕਤੀ ਤੋਂ ਕੁਝ ਪੈਸੇ ਉਧਾਰ ਲਏ ਗਏ ਸੀ, ਪਰ ਜਿਵੇਂ ਹੀ ਉਸ ਵਿਅਕਤੀ ਦੇ ਵੱਲੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਔਰਤ ਨੇ ਆਪਣੇ ਨੌਕਰ ਦੇ ਨਾਲ ਮਿਲ ਕੇ ਉਸਨੂੰ ਜ਼ਹਿਰੀਲੀ ਚੀਜ਼ ਪਿਲਾ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਜੋ ਵਿਅਕਤੀ ਦੀ ਮੌਤ ਹੋਈ ਹੈ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਕਾਰਵਾਈ ਕਰਦੇ ਹੋਏ 7 ਘੰਟਿਆਂ ਦੇ ਅੰਦਰ ਹੀ ਉਸ ਔਰਤ ਅਤੇ ਨੌਕਰ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਦੇ ਵੱਲੋਂ ਹੁਣ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਬਲ ਸਿੰਘ ਦਾ ਮੁੰਡਾ ਹੈਗਾ ਜੀ, ਮੁੰਡੇ ਦਾ ਪਿਓ ਹੈ ਜੀ, ਮੁੰਡੇ ਦਾ ਨਾਮ ਹੈ ਵਿਕਰਮ ਸਿੰਘ। ਪਹਿਲਾਂ ਉਹ ਟਰੱਕ ਡਰਾਈਵਰੀ ਕਰਦਾ ਸੀਗਾ, 1.5 ਮਹੀਨੇ ਤੋਂ ਉਹ ਮਾਡਰਨ ਵੈਲੀ ਦੇ ਵਿੱਚ ਕਿਰਾਏ ਤੇ ਆ ਕੇ ਰਹਿਣ ਲੱਗਿਆ ਸੀਗਾ। ਹਰਵਿੰਦਰ ਕੌਰ ਜਿਹੜੀ ਹੈਗੀ ਆ ਪਤਨੀ ਲੇਟ ਮੱਘਰ ਸਿੰਘ ਵਾਸੀ ਰੰਧਾਵਾ ਕਲੋਨੀ, ਇਹਦੇ ਨਾਲ ਇਹਦਾ ਕੋਈ ਪੈਸਿਆਂ ਦਾ ਲੈਣ ਦੇਣ ਸੰਬੰਧੀ ਕੰਮ ਚੱਲਦਾ ਪਿਆ ਸੀਗਾ। ਇਹ ਵਾਰ ਵਾਰ ਪੈਸੇ ਮੰਗਦਾ ਸੀਗਾ ਕਿ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੋ ਰਹੀ ਹੈ, ਮੈਂ ਆਪਣੀ ਦਵਾਈ ਬੂਟੀ ਲੈਣੀ ਹੈ ਅਤੇ ਮੈਨੂੰ ਮੈਂ ਜਿਹੜੇ ਤੈਨੂੰ ਪੈਸੇ ਦਿੱਤੇ ਨੇ ਮੈਨੂੰ ਪੈਸੇ ਦੇ ਦੇ। ਕੱਲ੍ਹ ਉਹਨੇ ਆਪਣੇ ਨੌਕਰ ਦੇ ਰਾਹੀਂ ਇਹਨੂੰ ਸੁਨੇਹਾ ਲਾ ਕੇ ਆਪਣੇ ਘਰ ਬੁਲਾਇਆ। ਇਹਦਾ ਨੌਕਰ ਐਕਟਿਵਾ 'ਤੇ ਆ ਕੇ ਇਹਨੂੰ ਕਰੀਬ 4 ਵਜੇ ਰੰਧਾਵਾ ਕਲੋਨੀ ਹਰਵਿੰਦਰ ਕੌਰ ਦੇ ਘਰ ਲੈ ਗਿਆ ਅਤੇ ਸ਼ਾਮ ਨੂੰ 7 ਵਜੇ ਛੱਡ ਗਿਆ। ਕਾਬਲ ਸਿੰਘ ਦੇ ਕਹਿਣ ਮੁਤਾਬਕ ਜਿਹੜਾ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ, ਜਿਹੜਾ ਮਾੜੂ ਨਾਮ ਦਾ ਬੰਦਾ ਐਕਟਿਵਾ 'ਤੇ ਮੁੰਡੇ ਨੂੰ ਉਹਦੇ ਨੂੰ ਲੈ ਕੇ ਗਿਆ ਸੀਗਾ, ਉਹ ਪੈਸੇ ਦਵਾਉਣ ਲਈ ਲੈ ਕੇ ਗਿਆ ਸੀਗਾ, ਪਰ ਉੱਥੇ ਇਹਨਾਂ ਦੀ ਕੋਈ ਕਿਸੇ ਗੱਲ ਤੋਂ ਕਹਾਸ ਨਹੀਂ ਹੋਣ ਕਰਕੇ ਹਰਵਿੰਦਰ ਕੌਰ ਅਤੇ ਮਾੜੂ ਨੇ ਰਲ ਕੇ ਇਹਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਅਤੇ ਘਰ ਛੱਡ ਗਏ। ਕੁਛ ਕੁ ਸਮੇਂ ਬਾਅਦ ਜਦੋਂ ਇਹ ਘਰ ਆਇਆ, ਕੁਛ ਸਮੇਂ ਬਾਅਦ ਇਹਨੂੰ ਜਦੋਂ ਤਕਲੀਫ ਹੋਈ ਅਤੇ ਕਾਬਲ ਸਿੰਘ ਨੇ ਇਹਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਤਾ ਅਤੇ ਜਿੱਥੇ ਡਾਕਟਰਾਂ ਨੇ ਇਹਨੂੰ ਡੈਡ ਦੱਸਿਆ। ਕਿਹਦੇ ਕਿਹਦੇ ਖਿਲਾਫ਼ ਮਾਮਲਾ ਦਰਜ ਹੋਇਆ? ਇਹ ਹਰਵਿੰਦਰ ਕੌਰ ਪਤਨੀ ਮੱਘਰ ਸਿੰਘ ਵਾਸੀ ਰੰਧਾਵਾ ਕਲੋਨੀ ਮਾੜੂ ਅਨੰਦਪੁਰ ਕੌਰ ਦਾ ਹੈਗਾ ਜੀ, ਇਹਨਾਂ ਦਾ ਮੁੰਡਾ ਜੀ, ਇਹ ਜਿਹੜਾ ਨੌਕਰ ਸੀਗਾ ਜੀ ਹਰਵਿੰਦਰ ਕੌਰ ਦਾ, ਇਹਨਾਂ ਦੇ ਖਿਲਾਫ਼ ਦੋਵੇਂ ਗ੍ਰਿਫਤਾਰ, ਦੋਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ। ਮੁਰਲੀ ਪੜਤਾਲ 'ਚ ਕੀ ਸਾਹਮਣੇ ਆਇਆ ਕਿ ਪੈਸਿਆਂ ਦਾ ਹੀ ਲੈਣ ਦੇਣ ਸੀ ਜਿਹੜਾ ਮਾਰਨ ਦਾ? ਪੈਸਿਆਂ ਦਾ ਹੀ ਲੈਣ ਦੇਣ ਹੈ ਜੋ ਇਹਦੇ ਫਾਦਰ ਨੇ ਦੱਸਿਆ ਹੈਗਾ ਕਿ ਜਿਹਨਾਂ ਨੂੰ ਪੈਸਿਆਂ ਦੇ ਪਿੱਛੇ ਹੀ ਵਜ੍ਹਾ ਰੰਜਿਸ਼ ਇਹੀ ਸੀ ਇਹਨੂੰ ਮਾਰਨ ਦੀ ਕਿ ਸਾਨੂੰ ਪੈਸੇ ਨਾ ਦੇਣੇ ਪੈਣ ਅਤੇ ਇਹਦਾ ਕਤਲ ਕਰ ਦਿੱਤਾ।